ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆ ਝੋਨੇ ਦੇ ਮੰਡੀ ਦੇ ਰੇਟਾਂ ਦੀ ਤਾਂ ਝੋਨੇ ਦੇ ਰੇਟ ਜੋ ਕਾਫੀ ਲਗਾਤਾਰ ਦਿਨ ਪ੍ਰਤੀ ਦਿਨ ਜੋ ਚੰਗੇ ਰੇਟ ਕਿਸਾਨਾਂ ਨੂੰ ਮਿਲ ਰਹੇ ਨੇ ਲਗਭਗ ਰੋਜ਼ 100 ਸਵਾ 100 ਰੁਪਏ ਜੋ ਤੇਜ਼ੀ ਮੰਡੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਹਫਤੇ ਥੋੜੀ ਹੋਰ ਤੇਜ਼ੀ ਦੀ ਉਮੀਦ ਵੇਖਣ ਨੂੰ ਮਿਲ ਸਕਦੀ ਹੈ ਕਾਫੀ ਜੋ ਅਨੁਮਾਨ ਲਾਏ ਜਾ ਰਹੇ ਨੇ ਵਪਾਰੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਫਤੇ ਤੇਜ਼ੀ ਹੋਰ ਔਣ ਦੀ ਉਮੀਦ ਹੈ ਸੋ ਇਸ ਦੇ ਨਾਲ ਨਾਲ ਆਪਾਂ ਜੋ ਗੱਲ ਕਰਦੇ ਹਾਂ ਮੌਕੇ ਤੇ ਪੰਜਾਬ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਚੱਲ ਰਹੇ ਨੇ ਉਹਦੇ ਬਾਰੇ ਤੇ ਸਭ ਤੋਂ ਪਹਿਲੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਨਾਲ ਦੀ ਨਾਲ ਜੇ ਤੁਸੀਂ ਜੇ ਮੰਡੀਆਂ ਚੱਲਦਾ ਝੋਨਾ ਲੈ ਕੇ ਜਾਂਦੇ ਹੋ ਤਾਂ ਕੀ ਉਹਦੇ ਰੇਟ ਲੱਗ ਰਹੇ ਨੇ ਮੌਕੇ ਤੇ ਕਿਹੜੀ ਕਿਸਮ ਹੈ, ਕਿਹੜੇ ਸ਼ਹਿਰ ਤੁਸੀਂ ਵਿੱਚ ਆ ਤਾਂ ਆਪਦਾ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਦੀ ਜਾਣਕਾਰੀ ਲੈ ਸਕਣ ਤੇ ਇਸ ਦੇ ਨਾਲ ਨਾਲ ਆਪਾਂ ਲਾਈਵ ਮੰਡੀ ਬੋਲੀ ਵੀ ਤੁਹਾਨੂੰ ਰੋਜ਼ਾਨਾ ਇਸ ਤੋਂ ਬਾਅਦ ਦਿਖਾਇਆ ਕਰਾਂਗੇ ਸੋ ਤਾਂ ਜੋ ਤੁਹਾਨੂੰ ਮੌਕੇ ਤੇ ਰੇਟ ਜੋ ਤਾਜ਼ੇ-ਤਾਜ਼ੇ ਉਹ ਵੀ ਮਿਲ ਸਕਣ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਸ਼ੁਰੂ ਕਰਦੇ ਹਾਂ ਸਰ੍ਹਸਾ ਤੋਂ ਤਾਂ ਸਰ੍ਹਸਾ ਜੋ 1509 ਦੇ ਰੇਟ ਰਹੇ ਨੇ 3200 ਤੋਂ 3540 ਰੁਪਏ ਜੋਧਾਨ ਸੋਇਕ ਕਰਨੇ ਦੀ ਤੇਜ਼ੀ ਫੜੀ ਆ 4438 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਪੀਵੀ 1 ਦੀ ਗੱਲ ਕਰੀਏ 3700 ਤੋਂ 4140 ਰੁਪਏ 1847 3100 ਤੋਂ 3300 ਰੁਪਏ 17 18 3700 ਤੋਂ 3825 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਐਲਨਵਾਰਦ ਦੀ ਗੱਲ ਕਰੀਏ 1509 3200 ਤੋਂ ਲੈ ਕੇ 3600 ਰੁਪਏ 1847 3315 ਰੁਪਏ PV1 4150 ਰੁਪਏ 1401 4450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰੀਏ ਕਿ ਦੜਬਾਹਾ ਦੀ ਤਾਂ 1401 ਇੱਥੇ 4205 ਰੁਪਏ 17 18 3800 ਤੋਂ 4080 ਰੁਪਏ 16 92 ਦਾ ਜੋ ਰੇਟ ਹੈ 3580 ਰੁਪਏ 1509 ਲਗਭਗ 3600 ਰੁਪਏ 1847 3350 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਫਾਜ਼ਿਲਕਾ ਮੰਡੀ ਦੀ ਗੱਲ ਕਰੀਏ 1121 ਹੱਥ ਵਾਲੀ 44500 ਰੁਪਏ 1718 ਕੰਬਾਈਨ ਵਾਲੀ 4176 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਮਲੋਟ ਮੰਡੀ ਦੀ ਗੱਲ ਕਰੀਏ 1121 4350 ਰੁਪਏ 1401 4200 ਰੁਪਏ ਮੁਕਸਰ ਸਾਹਿਬ 1121 4450 ਰੁਪਏ 1847 3300 ਰੁਪਏ 1718 4035 ਰੁਪਏ 1692 3675 ਰੁਪਏ ਪ੍ਰਤੀ ਕਵਾਂਟਲ 1401 4165 ਰੁਪਏ ਪ੍ਰਤੀ ਕਵਾਂਤਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਖਨੋਰੀ ਮੰਡੀ ਦੀ ਗੱਲ ਕਰੀਏ 1401 ਲਗਭਗ 4400 ਰੁਪਏ 1500 ਨੂੰ 3200 ਤੋਂ 3600 ਰੁਪਏ 1847 ਲਗਭਗ 3300 ਦੇ ਆਰ ਬਾਰ ਤੇ 17 18 3700 ਤੋਂ ਲੈ ਕੇ 4150 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਮੋਨਕ ਮੰਡੀ ਦੀ ਗੱਲ ਕਰੀਏ 1401 ਲਗਭਗ 4400 ਤੋਂ ਲੈ ਕੇ 4550 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਸਮਾਣਾ ਮੰਡੀ ਦੀ ਗੱਲ ਕਰੀਏ 1509 3300 ਤੋਂ ਲੈ ਕੇ 3800 ਰੁਪਏ 1847 3200 ਤੋਂ 3625 ਰੁਪਏ ਜੋੜਾਂ ਸੋ ਇੱਕ ਕਾਫੀ ਚੰਗੇ ਰੇਟ ਇੱਥੇ ਲੈ ਰਿਹਾ 4500 ਤੋਂ 4600 ਦੇ ਘਰਾਂ ਦੇ ਵਿੱਚ ਰੇਟ 1400 ਤੋਂ 1 ਦੇ ਸਮਾਣਾ ਮੰਡੀ ਚ ਚੱਲ ਰਹੇ ਨੇ 17 18 4200 ਰੁਪਏ 11 21 ਲਗਭਗ 4500 ਰੁਪਏ ਬਰੇਟਾ ਮੰਡੀ 1400 ਇੱਕ ਲਗਭਗ 4600 ਰੁਪਏ ਦੇ ਘਰਾਂ ਦੇ ਵਿੱਚ ਚੱਲ ਰਿਹਾ ਫਿਰ ਦਿੜਬਾ ਮੰਡੀ ਦੀ ਗੱਲ ਕਰੀਏ 4500 ਤੋਂ 4600 ਰੁਪਏ ਸੋ 14 ਸੇਕ ਨੇ ਕਾਫੀ ਤੇਜ਼ੀ ਜੋ ਫੜੀ ਹੈ ਪੱਲੇ ਨਾਲੋਂ ਉਸ ਤੋਂ ਬਾਅਦ ਗੱਲ ਕਰੀਏ 1401 ਦੀ ਜੈਤੂ ਮੰਡੀ ਤਾਂ ਲਗਭਗ 3800 ਤੋਂ 4395 ਰੁਪਏ ਪ੍ਰਤੀ ਕੁਇੰਟਲ 1509 3300 ਤੋਂ 3650 ਰੁਪਏ 17 18 ਲਗਭਗ 3950 ਰੁਪਏ 18 47 2800 ਤੋਂ ਲੈ ਕੇ 3415 ਰੁਪਏ ਫਤੇਗਰ ਚੂੜੀਆਂ 17 18 ਜੋ ਹੈ 4050 ਰੁਪਏ 1121 ਲਗਭਗ 4600 ਤੋਂ 4700 ਰੁਪਏ 1847 ਤੇ 3000 ਰੁਪਏ 1509 3300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਹੀ ਹੈ ਉਸ ਤੋਂ ਬਾਅਦ ਕਲਾਨੌਰ ਮੰਡੀ ਦੀ ਗੱਲ ਕਰੀਏ 1121 ਹੱਥ ਵਾਲਾ 4705 ਰੁਪਏ 1718 4431 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਚੱਲ ਰਿਹਾ ਉਸ ਤੋਂ ਬਾਅਦ ਜਲਾਲਾਬਾਦ ਮੰਡੀ ਦੀ ਗੱਲ ਕਰੀਏ 1121 4330 ਰੁਪਏ ਪ੍ਰਤੀ ਕੁਆਂਟਲ ਮੋਗਾ ਮੰਡੀ 1500 ਨੂੰ 3400 ਤੋਂ 3700 ਰੁਪਏ 1847 3200 ਤੋਂ 3300 ਰੁਪਏ ਕੋਟਕਪੂਰਾ ਮੰਡੀ 1847 3200 ਤੋਂ 3300 ਰੁਪਏ 1692 3600 ਤੋਂ 3700 ਰੁਪਏ 1718 3900 ਤੋਂ 4000 ਰੁਪਏ 1401 ਲਗਭਗ 4200 ਤੋਂ ਲੈ ਕੇ 4300 ਰੁਪਏ 1500 ਨੂੰ 3600 ਤੋਂ 3700 ਰੁਪਏ ਫਰੀਦਕੋਟ ਮੰਡੀ ਦੀ ਗੱਲ ਕਰੀਏ 1718 4000 ਤੋਂ ਲੈ ਕੇ 4050 1885 ਲਗਭਗ 4300 ਤੋਂ ਲੈ ਕੇ 4400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਜਾਖਲ ਮੰਡੀ ਦੀ 17 18 ਲਗਭਗ 4500 ਰੁਪਏ ਪ੍ਰਤੀ ਕੁਆਂਟਲ ਟੁਹਾਣਾ ਮੰਡੀ 17 18 ਹੱਥ ਵਾਲਾ 4270 ਰੁਪਏ 1401 ਕੰਬਾਈਨ ਵਾਲਾ 4480 ਰੁਪਏ 1121 ਦਾ ਜੋ ਰੇਟ ਹੈ ਉਹ 4400 ਤੋਂ ਲੈ ਕੇ 4500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਰਾਣੀਆਂ ਮੰਡੀ ਦੀ ਗੱਲ ਕਰੀਏ 1509 3500 ਤੋਂ ਲੈ ਕੇ 3600 ਰੁਪਏ 1847 3241 ਰੁਪਏ 1401 4250 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਪੂਨਾ ਮੰਡੀ 1121 4525 ਰੁਪਏ ਤਰਾਵੜੀ ਦੀ ਗੱਲ ਕਰੀਏ ਉੱਥੇ 1121 ਲਗਭਗ 4700 ਰੁਪਏ ਉਸ ਤੋਂ ਬਾਅਦ ਰਤਿਆ ਮੰਡੀ ਦੀ ਗੱਲ ਕਰੀਏ 1401 4425 ਰੁਪਏ ਪ੍ਰਤੀ ਕੁਆਂਟਲ 1718 3905 ਰੁਪਏ ਪ੍ਰਤੀ ਕੁਆਂਟਲ ਗੁਹਾਣਾ ਮੰਡੀ ਦੀ ਗੱਲ ਕਰੀਏ 1718 4431 ਰੁਪਏ 112147110 ਰੁਪਏ 15093791 ਰੁਪਏ 1847 ਜੋ ਹੈ 3400 ਤੋਂ ਲੈ ਕੇ 3800 ਰੁਪਏ ਵੀ ਇੱਥੇ ਵਿਕ ਰਹੀ ਐ ਸੋ ਗਹਾਣਾ ਮੰਡੀ ਚ ਕਾਫੀ ਟੋਪ ਦੇ ਰੇਟ 1847 ਦੇ ਚੱਲ ਰਹੇ ਨੇ ਉਸ ਤੋਂ ਬਾਅਦ ਚੀਕਾ ਮੰਡੀ ਦੀ ਗੱਲ ਕਰੀਏ 1401 ਕੰਬਾਈਨ ਵਾਲਾ 4400 ਰੁਪਏ 1718 4125 ਰੁਪਏ 1509 3400 ਰੁਪਏ 1847 3150 ਰੁਪਏ ਪੀਆਰ 26 2170 ਰੁਪਏ ਪੀਆਰ 14 2450 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੋਨੀਪਤ ਮੰਡੀ ਦੀ 11217401 ਰੁਪਏ 1718 ਰੁਪਏ 1509 3705 ਰੁਪਏ ਨਰੇਲਾ ਮੰਡੀ ਦਿੱਲੀ ਦੀ ਗੱਲ ਕਰੀਏ 1509 3400 ਰੁਪਏ ਤੇ 1718 4351 ਰੁਪਏ 1121 4750 ਰੁਪਏ ਉਸ ਤੋਂ ਬਾਅਦ ਜੀਂਦ ਮੰਡੀ ਦੀ ਗੱਲ ਕਰਦੇ ਹਾਂ 1718 4421 ਰੁਪਏ 1121 4700 ਰੁਪਏ 1718 3950 ਰੁਪਏ 1500 ਤੋਂ 3900 ਰੁਪਏ 1847 3600 ਰੁਪਏ ਪੇਵਾ ਮੰਡੀ 1500 ਤੋਂ 3100 ਤੋਂ ਲੈ ਕੇ 3500 ਰੁਪਏ ਤੇ ਉਸ ਤੋਂ ਬਾਅਦ ਜੋ 1401 ਹੈ ਉਹ 4000 ਤੋਂ 4350 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਹੈ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਰੇਟਸ ਦੀ ਮੰਡੀਆਂ ਚ ਚੱਲ ਰਹੇ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇਕਰ ਕੋਈ ਵੀ ਕਿਸਾਨ ਵੀਰ ਝੋਨਾ ਮੰਡੀ ਚ ਲੈ ਕੇ ਜਾਂਦਾ ਜਾਂ ਆਉਣ ਵਾਲੇ ਦਿਨਾਂ ਚ ਲੈ ਕੇ ਜਾਓਗੇ ਤਾਂ ਉਹਦੇ ਸ਼ਹਿਰ ਦਾ ਨਾਂ ਕਿਹੜੀ ਵੈਰਾਈਟੀ ਤੁਸੀਂ ਮੰਡੀ ਚ ਵੇਚੀ ਹੈ ਉਹ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ फार्मर्स वेलफेयर हब ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਨੂੰ ਹੌਸਲਾ ਮਿਲਦਾ ਰਹਿੰਦਾ ਅੱਗੇ ਤੋਂ ਜਿਆਦਾ ਤੋਂ ਜਿਆਦਾ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ